ਕਈ ਰਾਜ਼ ਖੋਲ ਦਿੱਤੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨਾਂ ਨੂੰ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਤੁਹਾਨੂੰ ਦੱਸਦੇ ਕਿ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ ਰਾਜ਼ ਖੁੱਲਦੇ ਦਿਖਾਈ ਦੇ ਰਹੇ ਨੇ ਲਗਾਤਾਰ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਸ਼ਾਮਿਲ ਸੀ ਤਾਂ ਮਾਂਸਾ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਰਹਿਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਤਾਂ ਪੁਲਿਸ ਦੇ ਹੱਥ ਲੱਗੇ ਨੇ ਤਿੰਨ ਨੌਜਵਾਨ ਮਨਪ੍ਰੀਤ ਬਾਉ ਤੋਂ ਲੀਡ ਮਿਲਣ ਤੋਂ ਬਾਅਦ ਕਈ ਰਾਜ਼ ਖੋਲੇ ਗਏ ਨੇ ਔਰ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਨਾਮ ਪੁੱਛਗਿੱਛ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਸਾ ਦੇ ਕਾਲਾਵਾਲੀ ਦੇ ਕਈ ਨੌਜਵਾਨ ਸ਼ੱਕ ਦੇ ਘੇਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਇਲਾਕੇ ਦਾ ਇੱਕ ਮੋਟਰਸਾਈਕਲ ਵੀ ਰੇਕੀ ਵਿੱਚ ਵਰਤਿਆ ਗਿਆ ਸੀ ਮਾਨਸਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਮੇਮੂਸਾ ਦੇ ਆਸ-ਪਾਸ ਦੇ ਲੱਕਿਆ ਤੋਂ ਰਹਿਣ ਵਾਲੇ ਨੇ ਤਿੰਨ ਨੂੰ ਨੌਜਵਾਨ ਲੀਡ ਮਿਲੀ ਹੈ ਪੁਲਿਸ ਨੂੰ ਜਿਸ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਮਨਪ੍ਰੀਤ ਭਾਉ ਨੂੰ ਕਤਲ ਮਾਮਲੇ 'ਚ ਦੇਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਤੋਂ ਬਾਅਦ ਕਤਲ ਮਾਮਲੇ 'ਚ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਮੀਡੀਆ ਰਿਪੋਰਟਸ ਮੁਤਾਬਕ ਕਬੱਡੀ ਖਬਰ ਸਾਹਮਣੇ ਆ ਰਹੀ ਹੈ ਮੂਸਾ ਪਿੰਡ ਦੇ ਆਲੇ ਦੁਆਲੇ ਹੀ ਰਹਿੰਦੇ ਸੀ ਕਈ ਨੌਜਵਾਨ ਜਿਨ੍ਹਾਂ ਦੀ ਲੀਡ ਮਨਪ੍ਰੀਤ ਭਾਉ ਤੋਂ ਮਿਲੀ ਹੈ ਜਿਸ ਨੂੰ ਪੁਲਿਸ ਨੇ ਦੇਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਜੋ ਪੁੱਛਗਿੱਛ ਹੋ ਰਹੀ ਹੈ ਲਗਾਤਾਰ ਅਹਿਮ ਖੁਲਾਸੇ ਹੋ ਰਹੇ ਨੇ ਤਾਂ ਪਹਿਲੇ हरियाणा ਦੇ सिरसा ਦੇ ਪਿੰਡ ਤਕਤਾ ਵਿੱਚ ਤਕਤਾਵਲੀ ਚ ਪਹੁੰਚਦੀ ਹੈ ਪੁਲਿਸ ਜਿੱਥੇ ਇੱਕ ਨੌਜਵਾਨ ਤੱਕੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹ ਨੌਜਵਾਨ ਮੁਲਿਸ ਮੁਸੇਵਾਲੇ ਦੀ ਰੇਕੇ ਦੇ ਵਿੱਚ ਸ਼ਾਮਿਲ ਹੈ ਤਾਂ ਪੁਲਿਸ ਪਹੁੰਚਦੀ ਹੈ ਪਰ ਉੱਥੇ ਭਾਲ ਦੇ ਦੌਰਾਨ ਇਹ ਪਤਾ ਲੱਗਦਾ ਕਿ ਉਹ ਨੌਜਵਾਨ ਆਪਣੇ ਪਿੰਡ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਨਹੀਂ ਰਹਿ ਰਿਹਾ ਰਿਸ਼ਤੇਦਾਰ ਔਰ ਪਰਿਵਾਰਕ ਮੈਂਬਰਾਂ ਤੋਂ ਪੁੱਛ ਕੇ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਹਰਿਆਣਾ ਤੋਂ ਇੱਕ ਪਾਸੇ ਲੀਡਸ ਮਿਲ ਰਹੀਆਂ ਸੀ ਪੁਲਿਸ ਨੂੰ ਪਰ ਦੂਸਰੇ ਪਾਸੇ ਤੁਹਾਨੂੰ ਦੱਸਦੇ ਕਿ ਮਨਪ੍ਰੀਤ ਭਾਉ ਨੂੰ देरादून ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਔਰ ਪੁੱਛਗਿੱਛ ਦੇ ਵਿੱਚ ਅਹਿਮ ਖੁਲਾਸੇ ਹੋਰੇ ਨੇਤਾ ਰਾਸ ਖੋਲ ਦਿੱਤੇ ਨੇ ਔਰ ਰਾਸ ਦੇ ਵਿੱਚ ਲੀਡਸ ਮਿਲਿਆ ਨੇ ਤਿੰਨ ਨੌਜਵਾਨਾਂ ਦੇ ਜੋ ਨਾਮ ਦੱਸੇ ਗਏ ਨੇ ਇਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤੁਹਾਨੂੰ ਦੱਸਦੀ ਕਿ ਪਿੰਡ ਮੂਸਾ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਹੀ ਦੱਸੇ ਜਾ ਰਹੇ ਨੇ ਨੌਜਵਾਨ ਤਾਂ ਪੁਲਿਸ ਨੇ ਤੱਕ ਪਹੁੰਚੇਗੀ ਪੁੱਛਗਿੱਛ ਕੀਤੀ ਜਾਵੇਗੀ ਔਰ ਜਲਦ ਜਿਸ ਤਰ੍ਹਾਂ ਸੱਤਵਾਂ ਦਿਨ ਹੈ ਅੱਜ 29 ਮਈ ਨੂੰ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਦਿਨ ਦਿਹਾੜੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਔਰ ਅੱਜ ਸੱਤਵਾਂ ਦਿਨ ਹੈ ਇਨਸਾਫ ਦੀ ਮੰਗ ਹੈ ਇਨਸਾਫ ਦੀ ਗੁਹਾਰ ਲਗਾਤਾਰ ਲਗਾਈ ਜਾ ਰਹੀ ਹੈ ਫੈਨਸ ਵੱਲੋਂ ਵੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਚੌੜ ਵਾਲਿਆਂ ਵੱਲੋਂ ਵੀ ਤਾਂ ਲਗਾਤਾਰ ਪੁਲਿਸ ਆਪਣਾ ਪੂਰਾ ਜੋਰ ਲਗਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੀ ਤੈਅ ਤੱਕ ਪਹੁੰਚ ਸਕੇ ਹਾਲਾਂਕਿ ਜਿਸ ਦਿਨ ਮੁੰ세 ਵਾਲੇ ਦਾ ਕਤਲ ਹੁੰਦਾ ਮਹਿਸ 3 ਘੰਟੇ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਪਣੇ ਆਪ ਨੂੰ ਸਾਥੀ ਕਹਿਣ ਵਾਲਾ ਗੋਲਡੀ ਬਰਾੜ ਕੈਨੇਡਾ ਦੇ ਵਿੱਚ ਜੋ ਬੈਠਾ ਹੈ ਉਹ ਫੇਸਬੁਕ ਤੇ ਸ਼ਰਿਆਮ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਚੱਕਦਾ ਹੈ ਜਿਸ ਤੋਂ ਬਾਅਦ ਇੱਕ ਨਿੱਜੀ ادارے ਦੇ ਨਾਲ ਗੱਲਬਾਤ ਦੌਰਾਨ ਸਚਿਨ ਬਿਸ਼ਨੋਈ ਜੋ ਕਿ ਲਾਰੈਂਸ ਬਿਸ਼ਨੋਈ ਦਾ ਭਾਂਜਾ ਆਪਣੇ ਆਪ ਦੱਸਦੇ ਉਹ ਵੀ ਕਹਿੰਦੇ ਕਿ ਕਤਲ ਦੇ ਵਿੱਚ ਮੈਂ ਸ਼ਾਮਿਲ ਸੀ ਮੇਰਾ ਹੱਥ ਹੈ ਲਾਰੈਂਸ ਬਿਸ਼ਨੋਈ ਨੇ ਵੀ ਕਬੂਲਨਾਮਾ ਕੀਤਾ ਹੈ ਕਿ ਉਸਨੇ ਗੈਂਗ ਵੱਲੋਂ ਹੀ ਸਿੱਧੂ ਮੂਸੇਵਾਲੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਲਗਾਤਾਰ ਪੁਲਿਸ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਇਹ ਸ਼ਾਪ ਸ਼ੂਟਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਬੀਤੇ ਦਿਨੀ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇਪਾਲ ਵੀ ਪਹੁੰਚਦੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭਾਰਤ ਤੋਂ ਨੇਪਾਲ ਪਹੁੰਚ ਚੁੱਕੇ ਨੇ ਸ਼ਾਪ ਸ਼ੂਟਰਸ ਜੋ ਮੂਸੇਵਾਲਾ ਦੀ ਹੱਤਿਆकांड ਦੇ ਵਿੱਚ ਸ਼ਾਮਿਲ ਸੀ ਜਿੰਨਾਂ ਦਾ ਹੱਥ ਇਹਨਾਂ ਦੇ ਵਿੱਚ ਸੀ ਤੌਰ ਤੇ ਨੇਪਾਲ ਪਹੁੰਚ ਚੁੱਕੇ ਨੇ ਤਾਂ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਉਹਨਾਂ ਦੀ ਪਾਲਕੜੀ ਹੋਈ ਪਾਲੀਪੁਰ ਤੋਂ دیے ਲਗਾਤਾਰ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋਨੀਪੱਤ ਤੋਂ ਦੋ ਗ੍ਰਿਫਤਾਰੀਆਂ ਹੋਈਆਂ ਨੇ ਫਤਿਹਬਾਦ ਦੇ ਨੌਜਵਾਨਾਂ ਤੱਕ ਪੁਲਿਸ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਸਿਰਸਾ ਦੇ ਪਿੰਟਕਤਾਵਲੀ ਦੇ ਵਿੱਚ ਪਹੁੰਚਦੀ ਹੈ ਪੁਲਿਸ ਪਰ ਉੱਥੋਂ ਦਾ ਨੌਜਵਾਨ ਉੱਥੇ ਨਹੀਂ ਮਿਲਦਾ ਜਿਸ ਤੇ ਰਿੱਕੀ ਦੇ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਹੁਣ ਮਨਪ੍ਰੀਤ ਪਾਉ ਦੀ ਜੋ ਦੇਰਾ ਦੂਨ ਤੋਂ ਗ੍ਰਿਫਤਾਰੀ ਹੋਈ ਸੀ ਉਸ ਨੂੰ ਲੈ ਕੇ ਅਹਿਮ ਰਾਜ਼ ਖੁੱਲਦੇ ਨਜ਼ਰ ਆ ਰਹੇ ਨੇ ਤਾਂ ਅਹਿਮ ਰਾਜ਼ ਖੋਲੇ ਨੇ ਲੀਡ ਦਿੱਤੀਆਂ ਨੇ ਔਰ ਮੂਸਾ ਪਿੰਡ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਨੇ ਤਿੰਨ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤਾਂ ਮਾਨਸਾ ਪੁਲਿਸ ਨੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਪਿੰਡ ਮੂਸਾ ਦੇ ਆਸ-ਪਾਸ ਦੇ ਰਹਿਣ ਵਾਲੇ ਨੇ ਤਿੰਨ ਨੌਜਵਾਨ ਲੀਡਸ ਮਿਲ ਰਹੀਆਂ ਨੇ ਪੁਲਿਸ ਨੂੰ ਜਿਸ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ ਦੇਰਾਦੂਨ ਤੋਂ ਮਨਪ੍ਰੀਤ ਪਾਉ ਨੂੰ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਸੇ ਦਿਨਾਲ ਹੀ ਜਿਹੜੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋ ਸਕਦੇ ਨੇ ਤਾਂ ਖਬਰਾਂ ਜਿਸ ਤਰ੍ਹਾਂ ਸਾਮne ਆ ਰਹੀਆਂ ਨੇ ਮੀਡੀਆ ਰਿਪੋਰਟਸ ਮੁਤਾਬਕ ਜਿਸ ਤਰ੍ਹਾਂ ਅਪਡੇਟਸ ਸਾਮne ਆ ਰਹੇ ਨੇ ਤੁਹਾਡੇ ਨਾਲ ਹਰ ਅਪਡੇਟ ਲਗਾਤਾਰ ਸਾਂਝਾ ਕਰਿਆ ਤਾਂ ਕਤਲ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਪਰਤਾ ਖੁੱਲ ਰਹੀਆਂ ਨੇ ਹਰ ਪਰਤ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਿਰਸਾ ਦੇ ਕਾਲਾ ਵਾਲੀ ਦੇ ਕਈ ਨੌਜਵਾਨ ਸ਼ੱਕ ਦੇ ਘੇਰੇ ਵਿੱਚ ਦੱਸੇ ਜਾ ਰਹੇ ਨੇ ਇੱਕ ਮੋਟਰਸਾਈਕਲ ਵੀ ਇਲਾਕੇ ਦਾ ਜੋ ਰੇਕੀ ਦੇ ਵਿੱਚ ਵਰਤਿਆ ਗਿਆ ਸੀ ਮਾਨਸਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਅਤੇ ਲਗਾਤਾਰ ਤੁਹਾਨੂੰ ਅਪਡੇਟਸ ਦੇ ਰਿਹਾ ਹਾਂ ਮੂਸੇਵਾਲਾ ਕਤਲਕਾਰ ਦੇ ਨਾਲ ਜੁੜਿਆ ਇਹ ਵੱਡਾ ਅਪਡੇਟ ਹੈ ਕਿ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹਾਲਾਂਕਿ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਖਿਰੇ ਸ਼ਾਪ ਸ਼ੂਟਰ ਕੌਣ ਸੀ ਇਨਸਾਫ ਦੀ ਮੰਗ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ ਫੈਨਸ ਕਰ ਰਹੇ ਨੇ ਬੀਤੇ ਦਿਨ ਅਮਿਤ ਸ਼ਾਹ ਦੇ ਨਾਲ ਵੀ ਮੂਸੇਵਾਲੇ ਦੇ ਪਰਿਵਾਰ ਦੀ ਮੁਲਾਕਾਤ ਹੁੰਦੀ ਹੈ ਔਰ ਇਹ ਕਿਹਾ ਜਾਂਦਾ ਹੈ ਮੰਗ ਕੀਤੀ ਜਾਂਦੀ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਏ ਇਸ ਮਾਮਲੇ ਦੀ ਡੂੰਘਾਈ ਤੱਕ ਜਾਇਆ ਚੈ ਪਰ ਪੁਲਿਸ ਸ ਹਾਲਕਿ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮਾਂ ਇਸ ਹੱਤਿਆਕਾਂ ਦੇ ਤਹਿਤ ਤੱਕ ਜਾਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਔਰ ਫਿਲਹਾਲ ਦੀ ਖੜੀ ਤੁਹਾਨੂੰ ਦੱਸਦੇ ਕਿ ਮਾਂਸਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜੋ ਪਿੰਡ ਮੂਸਾ ਦੇ ਆਸ-ਪਾਸ ਦੇ ਰਹਿਣ ਵਾਲੇ ਨੇ ਇਹ ਤਿੰਨ ਨੌਜਵਾਨ